ਹਾਂ ਦੋਸਤੋ, ਜਸ ਕੈਮਰੇ ਦੀ ਨਜ਼ਰ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਹਾਂ। ਤੁਹਾਨੂੰ ਪਤਾ ਕਿ ਜਸ ਕੈਮਰੇ ਦੀ ਨਜ਼ਰ ਪ੍ਰੋਗਰਾਮ ਆਪਣੀ ਕਮਿਊਨਿਟੀ ਦੇ ਵਿੱਚ ਹਰ ਸਮੇਂ ਖਿੜਦੇ ਨਵੇਂ ਫੁੱਲਾਂ ਦੀ ਦਾਸਤਾਨ ਔਰ ਸਰਗਰਮੀਆਂ ਨੂੰ ਤੁਹਾਡੇ ਰੂਬਰੂ ਕਰਨਾ ਸਾਡਾ ਇੱਕ ਮਕਸਦ ਹੈ। ਹਮੇਸ਼ਾ ਕਮਿਊਨਿਟੀ ਨਾਲ ਔਰ ਆਪਣੇ ਭਾਈਚਾਰੇ ਨਾਲ ਜੁੜਨ ਦਾ ਇੱਕ ਬਾਵਸਤਾ ਰੀਜ਼ਨ ਹੈ ਕਿ ਸਥਾਨਕ ਕਮਿਊਨਿਟੀ ਵੱਲੋਂ ਕੀਤੀਆਂ ਜਾਂਦੀਆਂ ਸਰਗਰਮੀਆਂ ਨੂੰ ਅਸੀਂ ਦੁਨੀਆ ਭਰ ਦੇ ਵਿੱਚ ਰੂਪਮਾਨ ਕਰ ਸਕੀਏ। ਇਸ ਦੇ ਵਿੱਚ ਅਸੀਂ ਬਜਾਤੇ ਖੁਦ ਵੀ ਮਾਣ ਮਹਿਸੂਸ ਕਰਦੇ ਹਾਂ। ਪ੍ਰੋਗਰਾਮ ਚਾਹੇ ਧਾਰਮਿਕ ਹੋਣ, ਚਾਹੇ ਸਮਾਜਿਕ, ਸੱਭਿਆਚਾਰਕ ਜਾਂ ਰਾਜਨੀਤਿਕ ਜਾਂ ਫਿਰ ਸਾਹਿਤਕ, ਹਰ ਇੱਕ ਨੂੰ ਗੁਲਦਸਤੇ ਦੇ ਰੂਪ ਦੇ ਵਿੱਚ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਪੇਸ਼ ਕਰਦੇ ਹਾਂ। ਗੱਲ ਧਾਰਮਿਕ ਸਮਾਗਮ ਤੋਂ ਸ਼ੁਰੂ ਕਰਦੇ ਹਾਂ। ਬੀਤੇ ਦਿਨਾਂ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਵੱਖ ਵੱਖ ਗੁਰੂ ਘਰਾਂ ਦੇ ਵਿੱਚ ਪ੍ਰੋਗਰਾਮ ਕਰਵਾਏ ਗਏ ਔਰ ਇਸੇ ਤਰ੍ਹਾਂ ਹੀ ਵਰਜੀਨੀਆ ਦੇ ਸਿੱਖ ਸੈਂਟਰ ਆਫ ਮਨਾਸਿਸ ਗੁਰੂ ਘਰ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ ਇਸ ਪ੍ਰੋਗਰਾਮ ਦੀ ਖਾਸੀਅਤ ਇਹ ਸੀ ਕਿ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਨੂੰ ਲੜਨ ਵਾਲੇ ਰਾਜਨੀਤੀ ਤੋਂ ਮੁੜ ਵਾਪਸ ਉਸੇ ਇਨਸਾਫ ਦੇ ਸਫ਼ਰ ਦੇ ਵਿੱਚ ਪਰਤੇ ਹਰਵਿੰਦਰ ਸਿੰਘ ਫੂਲਕਾ ਇਸ ਮੌਕੇ ਗੁਰੂ ਘਰ ਦੇ ਵਿੱਚ ਹਾਜ਼ਰ ਸਨ, ਜਿੱਥੇ ਹਰਵਿੰਦਰ ਸਿੰਘ ਫੂਲਕਾ ਨੇ ਆਪਣੇ ਭਾਸ਼ਣ ਦੇ ਵਿੱਚ ਵਿਦੇਸ਼ੀ ਪ੍ਰਵਾਸੀਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਆਪ ਨੂੰ ਔਰ ਆਪਣੇ ਪਿੰਡਾਂ ਤੱਕ ਨੂੰ ਸੰਭਾਲਣ ਦੀ ਗੱਲ ਕਹੀ। ਉੱਥੇ ਹਰਵਿੰਦਰ ਸਿੰਘ ਫੂਲਕਾ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਨਮਾਨਿਤ ਵੀ ਕੀਤਾ ਗਿਆ। ਆਓ ਵੇਖਦੇ ਸਾਡੇ ਪ੍ਰਤੀਨਿਧ ਸਰਮਕ ਸਿੰਘ ਮਨਕੂ ਦੀ ਇੱਕ ਖਾਸ ਰਿਪੋਰਟ। ਅੱਜ ਸਾਡੇ ਵਿੱਚ ਸਰਦਾਰ ਹਰਵਿੰਦਰ ਸਿੰਘ ਜੀ ਫੂਲਕਾ ਪਹੁੰਚੇ ਹੋਏ ਹਨ, ਜਿਨ੍ਹਾਂ ਨੇ ਕਿ 84 ਦੇ ਘੱਲੂਘਾਰੇ ਤੋਂ ਬਾਅਦ ਦਿੱਲੀ ਵਿੱਚ ਜੋ ਜੈਨੋਸਾਈਡ ਹੋਇਆ ਸੀਗਾ, ਉਸ ਤੋਂ ਬਾਅਦ ਕੋਰਟ ਦੇ ਵਿੱਚ ਕੇਸ ਦੀ ਕਾਰਵਾਈ ਕੀਤੀ। ਆਲ ਸੇ ਕਿ ਸਰਦਾਰ ਫੂਲਕਾ ਜੀ ਇੱਕ ਬਹੁਤ ਬਰੇਵ ਅਤੇ ਫੀਅਰਲੈਸ ਬਾਰੀਅਰ ਆਫ ਹਿਊਮਨ ਰਾਈਟਸ ਦੇ ਹਨ, ਅਤੇ ਮੈਂ ਸਰਦਾਰ ਮਨਮੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਇੰਟਰੋਡਿਊਸਡ ਕਰਨ। ਸਰਦਾਰ ਮਨਮੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਮੈਂ ਚਾਹੁੰਦਾ ਸੀਗਾ ਕਿ ਫੂਲਕਾ ਸਾਹਿਬ, ਇੱਥੇ ਕਈ ਗੁਰਦੁਆਰੇ ਹੈਗੇ ਅਤੇ ਕਈਆਂ ਦੇ ਫੋਨ ਆਏ ਕਿ ਵੀ ਮਨੈਸਿਸ ਗੁਰਦੁਆਰਾ ਦੂਰ ਪੈਂਦਾ ਹੈ, ਇੱਥੇ ਕਰਦੇ ਉੱਥੇ ਕਰਦੇ, ਬਟ ਮਨੈਸਿਸ ਦੀ ਸੰਗਤ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਪੰਥਕ, ਸਭ ਤੋਂ ਪਹਿਲਾਂ ਹੱਥ ਉੱਤੇ ਖੜੀ ਕਰਨ ਵਾਲੀ ਸੰਗਤ ਇੱਥੇ ਦੀ ਸੰਗਤ ਪੰਥ ਦਰਦੀ, ਪੰਥ ਦਾ ਪਿਆਰ ਜਿਹੜਾ ਇਸ ਸੰਗਤ ਦੇ ਵਿੱਚ ਹੈਗਾ। ਮੈਂ ਚਾਹੁੰਦਾ ਸੀਗਾ ਕਿ ਫੂਲਕਾ ਸਾਹਿਬ, ਬਹੁਤ ਗੱਲਾਂ ਕਰਨ ਵਾਲੇ ਬਹੁਤ ਮਿਲ ਜਾਂਦੇ ਨੇ, ਬਟ ਕੰਮ ਕਰਨ ਵਾਲੇ ਜਿਹੜੇ ਭਾਵੇਂ ਛੋਟੇ ਹੋਣ ਜਾਂ ਦੂਰ ਹੋਣ, ਉਹ ਸਾਰੇ ਸਾਡੇ ਦਿਲ ਦੇ ਲਾਗੇ ਨੇ। ਫੂਲਕਾ ਸਾਹਿਬ ਦੀ ਇੰਟਰੋਡਕਸ਼ਨ ਕਰਨ ਜੋਗਾ ਮੈਂ ਹੈ ਨਹੀਂ, ਸੋ ਮੈਂ ਦੋ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਬਿਆਨ ਦਿੱਤਾ ਫੂਲਕਾ ਸਾਹਿਬ ਬਾਰੇ, ਉਹ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ। ਦੁਨੀਆਂ ਦੇ ਵਿੱਚ ਨੋਬਲ ਅਵਾਰਡ ਜਿਹੜਾ ਮਿਲਦਾ ਹੈ, ਉਹ ਮਹਾਨ ਸ਼ਖਸੀਅਤਾਂ ਨੂੰ ਮਿਲਦਾ ਹੈ ਜਿਨ੍ਹਾਂ ਨੇ ਇਸ ਦੁਨੀਆ ਨੂੰ ਖੂਬਸੂਰਤ ਬਣਾਉਣ ਅਤੇ ਸ਼ਾਂਤੀਮਈ ਅਤੇ ਸ਼ਾਂਤੀ ਲਿਆਉਣ ਲਈ ਕੰਮ ਕੀਤਾ। ਉਹਨਾਂ ਦੇ ਵਿੱਚੋਂ ਇੱਕ ਸੱਜਣ ਇਹੋ ਜਿਹੇ ਕੈਲਾਸ਼ ਸਥਿਆਰਥੀ, ਉਹ ਝਿੜਕੇ ਕਹਿੰਦੇ ਨੇ ਕਿ ਸਿੱਖ ਪੰਥ ਨੇ ਜਿਵੇਂ ਹਾਥੀ ਹੁੰਦਾ ਹੈ ਅਤੇ ਹਾਥੀ ਦੀ ਲੱਤ ਹੁੰਦੀ ਹੈ, ਅਤੇ ਉਹ ਕੰਮ ਫੂਲਕਾ ਸਾਹਿਬ ਦਾ ਦੇਖਿਆ ਹੈ ਜਿਹੜਾ 84 ਦਾ ਹੈ, ਪਰ ਫੂਲਕਾ ਸਾਹਿਬ ਦੀ ਇਹੋ ਜਿਹੀ ਸ਼ਖਸੀਅਤ ਹੈ, ਇੰਨਾ ਕੰਮ ਇਨਸਾਨੀਅਤ ਲਈ ਕੀਤਾ ਹੈ, ਅਤੇ ਪੂਰਾ ਦਾ ਪੂਰਾ ਹਾਥੀ ਦੇਖਣਾ ਚਾਹੀਦਾ ਹੈ, ਕਿਉਂਕਿ ਇਹਨਾਂ ਨੇ ਜਿਸ ਤਰੀਕੇ ਨਾਲ ਬੱਚਿਆਂ ਦੇ ਲਈ ਕੰਮ ਕੀਤਾ ਹੈ, ਉੱਥੇ ਜਿੱਥੇ ਸਿੰਗਲ ਇੰਡੀਵਿਜੁਅਲ ਵਿਮੈਨ ਉਹਨਾਂ ਦੀ ਰਾਈਟਸ ਦੇ ਉੱਤੇ, ਕੇਵਲ ਅਤੇ ਕੇਵਲ 1984 ਦੀ ਹਿਊਮਨ ਰਾਈਟਸ ਦੇ ਉੱਤੇ ਨਹੀਂ, ਬਟ ਐਜੂਕੇਸ਼ਨ ਦੇ ਉੱਤੇ, ਮੈਡੀਕਲ ਇਸ਼ੂਜ਼ ਦੇ ਉੱਤੇ, ਸਾਰੀਆਂ ਇਸ਼ੂਜ਼ ਦੇ ਉੱਤੇ ਕੰਮ ਕੀਤਾ ਹੈ। ਅਤੇ ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਲੱਗੀ, ਜਿਨ੍ਹਾਂ ਜਿਨ੍ਹਾਂ ਨਾਲ ਮੈਂ ਮੇਰਾ ਇੰਗੇਜਮੈਂਟ ਹੋਈ, ਉਹਨਾਂ ਵਿੱਚੋਂ ਇੱਕ ਕੋਲਿਨ ਗੰਜ਼ਾਲਵਿਸ ਆ, ਸੁਪਰੀਮ ਕੋਰਟ ਦੇ ਅਟਾਰਨੀ, ਅਤੇ ਬੜੇ ਦਿਲ ਦੇ ਵਿੱਚੋਂ ਉਹਨੇ ਗੱਲ ਕਹੀ, ਕਹਿੰਦਾ, ਮੈਂ ਕਿਹਾ ਕੋਲਿਨ ਕੁਛ ਫੂਲਕਾ ਸਾਹਿਬ ਬਾਰੇ ਤੁਸੀਂ ਕਹਿਣਾ ਚਾਹੋਗੇ, ਅਤੇ ਹੱਸ ਕੇ ਕਹਿੰਦਾ 1984 ਦੀ ਹੈ ਜੰਗ, ਹੁਣ 35 ਸਾਲ ਹੋ ਗਏ, ਪਹਿਲੇ ਲੋਕੀ ਡਰ ਗਏ, ਫਿਰ ਥੱਕ ਗਏ, ਫਿਰ ਅੱਕ ਗਏ, ਅਤੇ ਹੌਲੇ ਹੌਲੇ ਕਰਦੇ ਕਰਦੇ ਹਰ ਇੱਕ ਯੋਧਾ ਜਿਹੜਾ ਆਪਣੇ ਆਪ ਨੂੰ ਇਸ ਜੰਗ ਦੇ ਵਿੱਚ ਯੋਧਾ ਸਮਝਦਾ ਸੀਗਾ, ਬੈਠ ਗਿਆ, ਅਤੇ ਕਹਿੰਦੇ ਅੱਜ 35 ਸਾਲ ਬਾਅਦ ਵੀ ਇੱਕੋ ਇੱਕ ਖੜਾ ਹੈ ਅਤੇ ਲੜੀ ਜਾ ਰਿਹਾ,
ਤੇ ਅਣਥੱਕ ਤੇ ਇਹ ਅਟਲ ਜਿਹੜਾ ਇਹਨਾਂ ਦਾ ਇਨਸਾਫ ਦੀ ਇਹ ਜੰਗ ਹੈ ਉਹ ਸਿਰਫ ਫੂਲਕਾ ਸਾਹਿਬ ਨੇ ਇੰਨੇ ਚਿਰ ਲਈ ਲੜੀ ਹੈ। ਸੋ ਇਹਦੇ ਕਰਕੇ ਅਸੀਂ ਪੂਰੀ ਕੌਮ ਹਰ ਇੱਕ ਵਿਅਕਤੀ ਭਾਵੇਂ ਇੰਗਲੈਂਡ 'ਚ ਹੋਏ ਕੈਨੇਡਾ ਦੇ ਵਿੱਚ ਹੋਏ ਇੱਥੇ ਹੋਏ ਬਹੁਤ ਪਿਆਰ ਹੈ ਅਤੇ ਬਹੁਤ ਸਾਨੂੰ ਇਸ ਵੇਲੇ ਮਾਣ ਹੈ ਕਿ ਸਾਡੇ ਵਿੱਚ ਫੂਲਕਾ ਸਾਹਿਬ ਨੇ ਅਤੇ ਮੈਂ ਗੁਜ਼ਾਰਿਸ਼ ਕਰਾਂਗਾ ਕਿ ਫੂਲਕਾ ਸਾਹਿਬ ਆਉਣ ਅਤੇ ਆਪਣੀ ਇਸ ਜੰਗ ਬਾਰੇ ਸਾਰੀ ਸੰਗਤ ਨਾਲ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਹਜ਼ੂਰੀ 'ਚ ਸਾਜੀ ਨਵਾਜੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਗੁਰੂ ਸਾਹਿਬ ਦੇ ਸ਼ਹੀਦੀ ਉਤਸਵ ਨੂੰ ਮਨਾ ਰਹੇ ਹੋ। ਜੇਕਰ ਦੁਨੀਆ ਦੇ ਵਿੱਚ ਦੇਖਿਆ ਜਾਵੇ ਹਿਊਮਨ ਰਾਈਟਸ ਦੇ ਵਿੱਚ ਲਈ ਜਿਵੇਂ ਆਪਣੇ ਆਪ ਨੂੰ ਤਸੀਹੇ ਦੇ ਦੇ ਕੇ ਗੁਰੂ ਸਾਹਿਬ ਨੇ ਇਹ ਇਨਸਾਨੀਅਤ ਨੂੰ ਕਾਇਮ ਰੱਖਿਆ, ਸਿੱਖੀ ਨੂੰ ਕਾਇਮ ਰੱਖਿਆ ਅਤੇ ਉਸ ਤੋਂ ਮਗਰੋਂ ਉਸੇ ਨੂੰ ਪਰੰਪਰਾ ਨੂੰ ਫੋਲੋ ਕਰਦੇ ਹੋਏ ਗੁਰੂ ਤੇਗ ਬਹਾਦਰ ਜੀ ਨੇ ਵੀ ਜੋ ਇਨਸਾਨੀਅਤ ਦੇ ਵਾਸਤੇ ਆਪਣੀ ਜਾਨ ਦਿੱਤੀ। ਆਪਾਂ ਸਾਰੇ ਇਹ ਆਪਣੇ ਬੱਚਿਆਂ ਨੂੰ ਖੁਦ ਵੀ ਜੋ ਅਸੀਂ ਛੋਟੇ ਸੀ ਸਾਨੂੰ ਵੀ ਸੁਣਾਈਆਂ, ਇਹ ਸਾਖੀਆਂ ਸੁਣਾਈਆਂ ਅਤੇ ਅੱਗੇ ਵੀ ਆਪਾਂ ਆਪਣੇ ਬੱਚਿਆਂ ਨੂੰ ਸੁਣਾਉਂਦੇ ਹਾਂ। ਇਤਿਹਾਸ ਦੇ ਵਿੱਚ ਜਦੋਂ ਨਿਗਾਹ ਮਾਰੀਏ ਤਾਂ ਆਪਾਂ ਗੱਲ ਕਰਦੇ ਹਾਂ, ਅੱਜ ਦੇ ਹਿਸਟੋਰੀਅਨਸ ਵੀ ਜਦੋਂ ਸਟੱਡੀ ਕਰਦੇ ਆ, ਪਹਿਲਾ ਘੱਲੂਘਾਰਾ 1746, ਦੂਜਾ ਘੱਲੂਘਾਰਾ 1762, ਅਤੇ ਹੁਣ ਜਦੋਂ ਭਾਈ ਸਾਹਿਬ ਨੇ ਵੀ ਜਦੋਂ ਇੱਥੇ ਬੋਲਿਆ ਸਟੇਜ 'ਤੇ ਕਿਹਾ 84 ਦਾ ਘੱਲੂਘਾਰਾ, ਤਾਂ ਤੀਜਾ ਘੱਲੂਘਾਰਾ ਵਿੱਚ ਦੀ ਲੋਕ ਜਦੋਂ ਕਹਿੰਦੇ ਆ ਕਿ ਜੀ 1947 ਦਾ ਉਹ ਘੱਲੂਘਾਰਾ ਨਹੀਂ ਸੀ, ਉਹ ਦੋਨੇ ਪਾਸੇ ਕਿ ਮੁਸਲਮਾਨਾਂ ਨੇ ਸਿੱਖਾਂ ਨੂੰ ਮਾਰਿਆ, ਸਿੱਖਾਂ ਨੂੰ ਅਤੇ ਹਿੰਦੂਆਂ ਨੂੰ ਵੀ ਉੱਥੇ ਮਾਰਿਆ, ਅਤੇ ਇੱਧਰ ਕੋਈ ਸਿੱਖਾਂ ਨੇ ਵੀ ਘੱਟ ਨਹੀਂ ਕੀਤੀ, ਮੁਸਲਮਾਨ ਵੀ ਬਥੇਰੇ ਮਾਰੇ, ਤਾਂ ਉਹ ਜੀਨੋਸਾਈਡ ਉਸ ਤਰ੍ਹਾਂ ਦੀ ਨਹੀਂ ਸੀ। ਜਿਹੜੇ ਵਾਲੀ ਜੇ ਆਪਾਂ 1746 ਅਤੇ 1762 ਤੋਂ ਮਗਰੋਂ ਜੇ ਆਪਾਂ 1984 ਦੇ ਵਿੱਚ ਦੇਖੀਏ ਤਾਂ ਹੁਣ ਤੁਸੀਂ ਇਹ ਲਾ ਲਓ ਕਿ ਤਕਰੀਬਨ 222 ਸਾਲਾਂ ਤੋਂ ਮਗਰੋਂ ਇਹ ਜਿਹੜਾ ਜੀਨੋਸਾਈਡ, ਇਹ ਘੱਲੂਘਾਰਾ ਇਹ ਹੋਇਆ। ਪਰ ਪਹਿਲਾ ਅਤੇ ਦੂਜਾ ਘੱਲੂਘਾਰਾ ਅਤੇ ਤੀਜੇ ਘੱਲੂਘਾਰੇ 'ਚ ਫਰਕ ਸੀ। ਪਹਿਲਾ ਘੱਲੂਘਾਰਾ ਇੱਕ ਦੁਸ਼ਮਣ ਆਇਆ, ਉਹ ਦੁਸ਼ਮਣ ਨੇ ਆ ਕੇ ਸਿੰਘਾਂ ਦੇ ਨੂੰ ਮਾਰਿਆ। ਦੂਜਾ ਘੱਲੂਘਾਰਾ ਵੀ ਉਹ ਬਾਹਰੋਂ ਆਇਆ ਸੀ ਦੁਸ਼ਮਣ, ਉਹ ਲੜਾਈ ਸੀ, ਲੜਾਈ ਦੇ ਵਿੱਚ ਸਿੰਘਾਂ ਨੂੰ ਮਾਰਿਆ। ਤੀਜਾ ਘੱਲੂਘਾਰਾ ਬਿਲਕੁਲ ਅਲੱਗ ਤਰ੍ਹਾਂ ਦਾ, ਤੀਜਾ ਘੱਲੂਘਾਰਾ ਉਹ ਘੱਲੂਘਾਰਾ ਜਿਹਦੇ 'ਚ ਸਾਡੀ ਆਪਣੀ ਸਰਕਾਰ ਨੇ ਚੁਣ ਚੁਣ ਕੇ ਸਿੱਖਾਂ ਨੂੰ ਮਾਰਿਆ। ਤਾਂ ਇਹੋ ਜਿਹਾ ਪਹਿਲਾਂ ਇਤਿਹਾਸ 'ਚ ਵੀ ਕਦੇ ਨਹੀਂ ਹੋਇਆ। ਜੇ ਤੁਸੀਂ, ਮੈਂ ਤੁਹਾਨੂੰ ਦੱਸਾਂ ਸੱਜਣ ਕੁਮਾਰ ਦੀ ਜੱਜਮੈਂਟ, ਜੋ ਹੁਣ ਮੇਰਾ ਖਿਆਲ ਹੈ ਸ਼ਾਇਦ ਤੁਹਾਨੂੰ ਜ਼ਿਆਦਾਤਰ ਨੂੰ ਪਤਾ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਆ, ਮੌਤ ਤੱਕ ਜੇਲ੍ਹ ਰਹੂਗਾ। ਅਤੇ ਉਹ ਜੱਜ ਨੇ ਜਿਹਨੇ ਅੱਜ ਕੱਲ੍ਹ ਜੇਲ੍ਹ ਬੈਠੇ ਆ, ਜਿਹੜੇ ਜੱਜ ਨੇ ਉਹ ਜੱਜਮੈਂਟ ਲਿਖੀ ਆ, ਉਹਨੇ ਜਦੋਂ ਕਿਹਾ ਕਿ ਦੁਨੀਆ ਦੇ ਵੱਡੇ ਵੱਡੇ ਤੁਸੀਂ ਜੀਨੋਸਾਈਡ, ਇਹ ਕਤਲੋ ਗਾਰਤ ਜੇ ਤੁਸੀਂ ਦੇਖੋ ਤੇ ਉਹਦਾ ਦੇ ਵਿੱਚੋਂ ਇੱਕ 84 ਦਾ, ਇਹ ਹਾਈਕੋਰਟ ਦੇ ਜੱਜ ਨੇ ਉਹ ਜੱਜਮੈਂਟ ਦੇ ਵਿੱਚ ਇਹ ਗੱਲ ਲਿਖੀ ਆ। ਤੇ ਜਦੋਂ ਆਪਾਂ ਇਸ ਨੂੰ ਸਟੱਡੀ ਕਰੀਏ, ਅੱਜ 200 ਸਾਲ ਤੋਂ ਬਾਅਦ ਹਿਸਟੋਰੀਅਨ ਪਹਿਲੇ ਤੇ ਦੂਜੇ ਨੂੰ ਸਟੱਡੀ ਕਰਦੇ ਆ, ਅੱਜ 100 ਸਾਲ ਤੋਂ ਬਾਅਦ ਉਹ ਹਿਸਟੋਰੀਅਨ ਇਹਨੂੰ 1984 ਦੇ ਘੱਲੂਘਾਰੇ ਨੂੰ ਵੀ ਸਟੱਡੀ ਕਰਨਗੇ, ਇਸ ਜੀਨੋਸਾਈਡ ਨੂੰ ਜੋ ਸਟੱਡੀ ਕਰਨਗੇ। ਅੱਜ ਜਿਵੇਂ ਅਸੀਂ ਦੇਖਦੇ ਹਾਂ ਕਿ 1746 ਅਤੇ 1762 ਉਦੋਂ ਦੀ ਸਿੱਖ ਪੀੜ੍ਹੀ ਨੇ ਕਿਵੇਂ ਉਹ ਘੱਲੂਘਾਰੇ ਨੂੰ ਕਿਵੇਂ ਫੇਸ ਕਰਕੇ ਅਤੇ ਕਿਵੇਂ ਉਹਨੂੰ ਹੈਂਡਲ ਕੀਤਾ ਅਤੇ ਕਿਵੇਂ ਕੀਤਾ। ਅੱਜ ਅਸੀਂ ਗੱਲਾਂ ਕਰਦੇ ਹਾਂ ਜੱਸਾ ਸਿੰਘ ਆਹਲੂਵਾਲੀਆ ਨੇ, ਉਹ ਫਰਵਰੀ 1762 ਦੇ ਵਿੱਚ 30,000 ਸਿੱਖਾਂ ਨੂੰ, ਫਿਗਰ ਕੋਈ 30,000 ਕਹਿੰਦਾ, ਕੋਈ 25, ਕੋਈ 50 ਕਹਿੰਦਾ, ਕੋਈ ਪੱਕੀ ਨਹੀਂ, 30,000 ਸਿੱਖਾਂ ਨੂੰ ਮਾਰਿਆ ਗਿਆ। 6 ਮਹੀਨੇ ਦੇ ਵਿੱਚ ਜਾ ਕੇ ਲਾਹੌਰ ਤੇ ਕਬਜ਼ਾ ਕਰ ਲਿਆ। ਉਹ ਕਿਹੜੀ ਚੀਜ਼ ਸੀ? ਹਾਰ ਨਹੀਂ ਮੰਨੀ, ਚਾਹੇ 70% ਸਿੱਖਾਂ ਨੂੰ ਖਤਮ ਕਰਤਾ ਪਰ ਹਾਰ ਨਹੀਂ ਮੰਨੀ। ਉਹ ਜਜ਼ਬਾ, ਉਹ ਕੌਮ ਦਾ ਜਜ਼ਬਾ,
6 ਮਹੀਨੇ ਦੇ ਵਿੱਚ ਜਾ ਕੇ ਲਾਹੌਰ ਤੇ ਫਿਰ ਕਬਜ਼ਾ ਕਰ ਲਿਆ। ਆਉਣ ਵਾਲੇ ਹਿਸਟੋਰੀਅਨ ਸਾਡੀ ਪੀੜ੍ਹੀ ਨੂੰ ਸਟੱਡੀ ਕਰਨਗੇ। ਜਦੋਂ ਇਹ ਤੀਜਾ 1984 ਦਾ ਘੱਲੂਘਾਰਾ ਹੋਇਆ ਤੇ ਉਦੋਂ ਦੀ ਜਿਹੜੀ ਸਿੱਖ ਪੀੜ੍ਹੀ ਸੀ, ਉਦੋਂ ਦੀ ਜਿਹੜੀ ਕੌਮ ਸੀ, ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕੀ ਕੀਤਾ? ਮੇਰਾ ਖਿਆਲ ਆ, ਮੈਂ ਜਦੋਂ ਵੀ ਇਹ ਇਸ ਕੰਮ ਨੂੰ ਕਰਦਾ ਤਾਂ ਮੈਂ ਤਾਂ ਇਹ ਸੋਚ ਕੇ ਕਰਦਾ, ਮੈਂ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਿਆ ਕਿ ਸਾਡੀ ਪੀੜ੍ਹੀ ਨੂੰ ਕਿਤੇ ਲਾਜ ਨਾ ਲੱਗ ਜਾਏ, ਕਿਤੇ ਇਹ ਨਾ ਆ ਜਾਏ ਕਿ ਇੱਕ ਐਸੀ ਵੀ ਪੀੜ੍ਹੀ ਆਈ, ਇੱਕ ਐਸਾ ਵੀ ਮੌਕਾ ਆਇਆ, ਟਾਈਮ ਆਇਆ ਜਦੋਂ ਸਿੱਖ ਕੌਮ ਆਪਣੇ ਹੱਕ ਆਪਣੇ ਹੱਕਾਂ ਵਾਸਤੇ ਨਹੀਂ ਲੜ ਸਕੀ। ਸਾਖੀਆਂ ਸੁਣਾਉਣ ਜੋਗੇ ਰਹਿ ਗਏ ਅਸੀਂ ਤਾਂ ਜੀ, ਕਿ ਦੂਜਿਆਂ ਦੇ ਹੱਕਾਂ ਵਾਸਤੇ ਸਿੱਖਾਂ ਨੇ ਜਾਨਾਂ ਦਿੱਤੀਆਂ, ਗੁਰੂ ਤੇਗ ਬਹਾਦਰ ਨੇ ਕਸ਼ਮੀਰੀ ਪੰਡਤਾਂ ਵਾਸਤੇ ਦੇ ਦੀਆਂ। ਜਦੋਂ ਸਾਡਾ ਕਤਲੋ ਗਰਤ ਹੋ ਗਿਆ, ਸਾਡਾ ਹੋਇਆ ਤੇ ਅਸੀਂ ਆਪਣੇ ਹੱਕ ਦੇ ਆਪਣੇ ਇਨਸਾਫ ਦੀ ਆਪਣੀ ਲੜਾਈ ਨਹੀਂ ਲੜ ਸਕੇ। ਉਹ ਲੜਾਈ ਕਿਹੜੀ ਲੜਾਈ? ਅੱਜ ਕੱਲ ਦਾ ਯੁੱਗ ਜਿਹੜਾ ਉਹ ਕਿਰਪਾਨ ਦੀ ਲੜਾਈ ਦਾ ਯੁੱਗ ਨਹੀਂ ਹੈ, ਅੱਜ ਕੱਲ ਦਾ ਯੁੱਗ ਕਲਮ ਦੀ ਲੜਾਈ ਦਾ ਯੁੱਗ ਆ। ਜੇ 10ਵੇਂ ਪਾਤਸ਼ਾਹ ਨੇ ਜਿੱਥੇ ਸਾਨੂੰ ਕਿਰਪਾਨ ਦਿੱਤੀ, ਕਿਰਪਾਨ ਚਲਾਉਣੀ ਸਿਖਾਈ, 10ਵੇਂ ਪਾਤਸ਼ਾਹ ਨੇ ਇੱਕ ਹੋਰ ਵੀ ਸੇਧ ਦਿੱਤੀ ਜਿਹੜੀ ਸਾਨੂੰ ਭੁੱਲਣੀ ਨਹੀਂ ਚਾਹੀਦੀ, ਕਿ ਜਿੱਥੇ ਕਿਰਪਾਨ ਨਾ ਚੱਲੇ ਉੱਥੇ ਕਲਮ ਚੜਾ ਦਿਓ, ਜਫਰਨਾਮਾ ਲਿਖ ਕੇ ਔਰੰਗਜ਼ੇਬ ਨੂੰ ਫੜਾਤਾ। ਅੱਜ ਉਹ ਯੁੱਗ ਆ ਉਹ ਚੀਜ਼ ਦੇਖਣ ਦਾ, ਉਹ ਗੁਰੂ ਨੇ ਜਿਹੜੀ ਕਲਮ, ਗੁਰੂ ਨੇ ਵਿੱਦਿਆ ਇੰਨੀ ਇੰਪੋਰਟੈਂਸ ਦਿੱਤੀ ਕਿ ਕਾਸੀ ਭੇਜੇ ਸਿੰਘਾਂ ਨੂੰ ਵਿੱਦਿਆ ਲੈ ਕੇ ਆਓ, ਅੱਜ ਉਹ ਯੁੱਗ ਆ। ਗੁਰੂ ਨੂੰ ਮੇਰਾ ਖਿਆਲ ਆ ਪਤਾ ਸੀ ਕਿ ਇੱਕ ਟਾ ਮੌਕਾ ਐਸਾ ਵੀ ਆਊਗਾ ਜਦੋਂ ਵਿੱਦਿਆ ਦਾ ਯੁੱਗ ਆਊਗਾ, ਜਦੋਂ ਕਿਰਪਾਨ ਨਾਲੋਂ ਜ਼ਿਆਦਾ ਤਾਕਤ ਕਲਮ ਵਿੱਚ ਹੋਏਗੀ, ਕਿ ਉਸ ਟਾਈਮ ਦੇ ਸਿੱਖਾਂ ਨੂੰ ਇਹ ਵਰਤਣਾ ਚਾਹੀਦਾ ਕਿ ਅੱਜ ਉਹ ਕਲਮ ਨੂੰ ਵਰਤੋ, ਕਲਮ ਦੀ ਤਾਕਤ ਨੂੰ ਪਛਾਣੋ। ਤੇ ਸਾਡੇ ਨਾਲ ਜ਼ਿਆਦਾ ਹੋਰ ਕਿਹੜਾ ਇਸ ਤਾਕਤ ਨੂੰ ਪਛਾਣੇਗਾ ਕਿ ਸਾਡੇ ਚੋਂ ਇੱਕ ਮਨਮੋਹਨ ਸਿੰਘ ਸਿਰਫ ਆਪਣੀ ਐਜੂਕੇਸ਼ਨ, ਸਿਰਫ ਐਜੂਕੇਸ਼ਨ ਦੇ ਬੇਸ ਦੇ ਉੱਤੇ ਉਹ ਉੱਥੇ ਪ੍ਰਾਈਮ ਮਿਨਿਸਟਰ ਬਣੇ। ਕੋਈ ਦੋ ਪੇਸ਼, ਕੋਈ ਪੋਲੀਟਿਕਸ ਨਹੀਂ ਸੀ ਉਹਨਾਂ ਨੂੰ, ਉਹਦੇ ਸਿਰ ਬੇਸ ਤੇ ਬਣੇ। ਤੇ ਇਸ ਕਰਕੇ ਆਪਣੀ ਪੀੜ੍ਹੀ ਨੂੰ ਇੱਕ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਚੰਗੀ ਤਰ੍ਹਾਂ ਕਿ ਵਾਟ ਡੂ ਵਾਂਟ ਟੂ ਗੋ ਇਨ ਦਾ ਹਿਸਟਰੀ। ਜਦੋਂ ਕੱਲ੍ਹ ਨੂੰ ਹਿਸਟੋਰੀਅਨ ਹਿਸਟਰੀ ਲਿਖਣਗੇ ਤਾਂ ਅਸੀਂ ਕੀ ਚਾਹੁੰਦੇ ਹਾਂ ਕਿ ਤੀਜੇ ਘੱਲੂਘਾਰੇ ਦੀ ਪੀੜ੍ਹੀ ਕਹਿ ਰਿਹਾ ਜੀ ਆਹ ਜਿਹੜਾ 10ਵੇਂ ਗ੍ਰੰਥ ਨੂੰ ਮੰਨਦਾ ਗਲਤ ਆ ਜੀ, ਆਹ ਜਿਹੜਾ 10ਵੇਂ ਗ੍ਰੰਥ ਦੀ ਨਿੰਦਾ ਕਰਦਾ ਗਲਤ ਆ ਜੀ, ਉਹ ਗੁਰੂ ਤੇ ਛੱਡ ਦਿਓ ਜੀ। ਜੇ ਵਿਸ਼ਵਾਸ ਹੈ ਤਾਂ ਗੁਰੂ ਤੇ ਛੱਡ ਦਿਓ, ਆਪਣੇ ਆਪ ਸੁਧਾਰ ਲੂਗਾ। ਮੈਨੂੰ ਤਾਂ ਨਹੀਂ ਪਤਾ ਜੀ ਕਿ 10ਵੇਂ ਗ੍ਰੰਥ ਸਹੀ ਆ ਜਾਂ ਗਲਤ ਆ, ਮੈਂ ਤਾਂ ਇਸ ਨਹੀਂ। ਜੇ ਗੁਰੂ ਤੇ ਵਿਸ਼ਵਾਸ ਰੱਖਦੇ ਗੁਰੂ ਤੇ ਛੱਡ ਦਿਓ, ਗੁਰੂ ਆਪਣੇ ਆਪ ਸੁਧਾਰ ਲੂਗਾ ਉਹਨਾਂ ਨੂੰ। ਜੋ ਮੈਂ ਕਰਨਾ ਮੈਂ ਤਾਂ ਉਹਦੀ ਗੱਲ ਕਰਾਂ ਨਾ, ਆਪਾਂ ਇਹਨਾਂ ਗੱਲਾਂ 'ਚ ਲੜੇ ਪਏ ਆ। ਫਿਰ ਨਾਨਕ ਸ਼ਾਹੀ ਕੈਲੰਡਰ ਜੀ, ਅੱਧੇ ਕਹਿੰਦੇ ਨਾਨਕ ਸ਼ਾਹੀ ਕੈਲੰਡਰ ਕਰੋ ਤੇ ਅੱਧੇ ਕਹਿੰਦੇ ਨਾ ਕਰੋ। ਇੱਕ ਦਿਨ ਉੱਥੇ ਅਸੀਂ ਗੁਰਪੁਰਬ ਤੇ ਦਿੱਲੀ ਸੀ, ਗੁਰਦੁਆਰਾ ਬੰਦੂ ਕੱਢੀ ਗੁਰਦੁਆਰਾ ਰਕਾਬਗੰਜ ਸਾਹਿਬ ਚ, ਸਾਰੀ ਉੱਥੇ ਜਨਤਾ ਉੱਥੇ ਗੁਰੂ ਨੂੰ ਮੰਨਦੇ ਆ। ਸਾਹਿਤਧਾਰੀ ਸਿੱਖ ਵੀ ਬੜੇ ਹੁੰਦੇ ਆ, ਨਾਨ ਸਿੱਖ ਵੀ ਬੜੇ ਹੁੰਦੇ ਆ, ਮੀਡੀਆ ਵੀ ਬੜਾ ਹੁੰਦਾ। ਉੱਥੇ ਨਾਨਕ ਸਾਹਿਬ ਕੈਲੰਡਰ ਤੇ ਜੀ ਗੁਰਪੁਰਬ ਦਾ ਇਹ ਦਿਨ ਆ ਕਿ ਇਹ ਦਿਨ ਉੱਥੇ ਕਿਰਪਾਨਾਂ ਚੱਲ ਗਿਆ ਜੀ, ਸਟੇਜ ਦੇ ਉੱਤੇ ਕਿਰਪਾਨਾਂ ਚੱਲ ਗਈਆਂ। ਇਹ ਜਨ ਇੱਕ ਸਿੰਘਾਪੁਰ ਚ ਬੜਾ ਤਕੜਾ ਸਿੱਖ ਬਿਜ਼ਨਸਮੈਨ ਆ ਕਰਨ ਸਿੰਘ ਠਕਰਾਲ, ਉਹਨੇ ਕੈਲੰਡਰ ਛਾਪਿਆ, ਉਹਨੇ ਤਿੰਨੇ ਤਰੀਕਾਂ ਲਿਖੀਆਂ। ਕਹਿੰਦਾ ਜੀ ਆਹ ਗੁਰਪੁਰਬ ਦੀ ਤਰੀਕ ਆ ਨਾਨਕ ਸ਼ਾਹੀ ਕੈਲੰਡਰ ਦੀ, ਆਹ ਗੁਰਪੁਰਬ ਦੀ ਤਰੀਕ ਆ ਹੁਣ ਵਾਲੇ ਕੈਲੰਡਰ ਦੀ, ਆਹ ਹੈਗੀ ਆ ਪੁਰਾਤਨ ਕੈਲੰਡਰ ਦੀ। ਕਹਿੰਦਾ ਜੀ ਤਿੰਨੇ ਬਣਾ ਲਓ, ਜੇ ਅਸੀਂ ਗੁਰਪੁਰਬ ਵਾਲੇ ਦਿਨ ਗੁਰਦੁਆਰੇ ਜਾਣਾ ਤਿੰਨੇ ਦਿਨ ਚਲੇ ਜਾਓ, ਲੜਦੇ ਕਾਹਦੇ ਵਾਸਤੇ ਹੋ, ਜਾਂ ਜਿਹਦਾ ਜੀ ਕਰਦਾ ਜਿਹੜੇ ਦਿਨ ਜਾਣਾ ਚਲੇ ਜਾਓ, ਲੜਦੇ ਕਾਹਦੇ ਵਾਸਤੇ ਹੋ? ਤੇ ਦੁਸ਼ਮਣ ਦੀ ਸਾਨੂੰ ਅੱਜ ਲੋੜ ਹੀ ਨਹੀਂ, ਅੱਜ ਸਾਨੂੰ ਕਿਸੇ ਐਵੇਂ ਸਾਵਧਾਨੀ ਦੀ ਲੋੜ ਨਹੀਂ ਸਿੱਖਾਂ ਨੂੰ ਖਤਮ ਕਰਨ ਦੀ, ਅੱਜ ਤਾਂ ਅਸੀਂ ਆਪ ਹੀ ਘਟਣੀ ਆ ਆਪਣੇ ਆਪ ਨੂੰ। ਮਾਫ ਕਰਨਾ, ਮੈਂ ਤੁਹਾਡੀ ਕਮੇਟੀ ਨੇ ਮੈਨੂੰ ਇਹ ਕੁਛ ਕਹਿਣ ਲਈ ਤਾਂ ਨਹੀਂ ਸੀ ਕਿਹਾ, ਪਰ ਮੈਂ ਤਾਂ ਜੋ ਇਹਨਾਂ ਨੇ ਕਿਹਾ, ਮਨਮੀਤ ਨੇ ਕਿਹਾ ਕਿ ਜੀ ਪਤਾ ਨਹੀਂ ਕਿੱਡਾ ਵੱਡਾ ਕੰਮ ਕਰ ਦਿੱਤਾ, ਮੈਂ ਨਹੀਂ ਸੋਚਦਾ ਮੈਂ ਵੱਡਾ ਕੰਮ ਕੀਤਾ, ਜੋ ਕਰਾਇਆ ਗੁਰੂ ਨੇ ਕਰਾਇਆ।
मैं तो मेरी जो सोच आ मैं एक पंजाब के पिंड के सरकारी स्कूल चो पढ़िया जी मेरा पिंड पदौड़ शायद तुम सुनया हो सैना पदौड़ बरनाले के कोल उतों के सरकारी स्कूल चो मेरी सारी एजुकेशन उदू मगरों वाहगुरु ने ऐसी मेहर की लुधियाने यूनिवर्सिटी चो ग्रेजुएशन की चंडीगढ़ चो लॉ किया जाके दिल्ली बिठाता अज बाबे ने इन्नी मेहर की जो इंडिया के टॉप के वकील आ उन्होंने बरबर खड़े हो गए उन्होंने भी छके छिड़ा दी दी है इन्नी मेहर गुरु की मैं तो सिर्फ एक कोशिश की आ कि इसे जन्म के गुरु का आसान थोड़ा मोटा तो उतार दिए बस वो सोच के काम किया जो मेरा फर्ज सी वो किया जेकर आप देखिए 1984 की लड़ाई जो आप घल्लूकारे की गल करते हैं जो मैं तुम्हें लड़ाई की गल कही आ दसंबर च सज्जन कुमार नूं सजा हुई आ उम्र कैद की 17 दसंबर की जजमेंट आ इस तो पहला सारे आम तौर उत्ते आम तौर पर बल्कि दूजिया ने कहना ही अपने सिख ही कई बार कहते होंगे चलो चंगा जी लड़े हो कुछ होना होना तो है नहीं आम तौर कई बार स्टेजा से मैं सुनना पै जाता है चल कोई गल नहीं जिनी क जो बाबे ने तुम्हें कम लगे तुम लगे रहो या मैनू लगे मैं लगे रहूँगा पर मैं तुम्हें एक गल दसा वो पंजाबी कहते होंगे मारिया नालों घड़ीसिया बुरा तो घड़ीसी का फिरे फिरते रहे ना इन्हों घड़ीसी फिरते रहे और घड़ीसन का नतीजा यह आ HKL भगत का नाम सुने हरकिशन लाल भगत सज्जन कुमार से टाइटलर का बॉस सी असली जिहड़ा सारा कतलेआम कराटी मैनेजमेंट कमेटी का बहुत बहुत धन्यवाद जो तुसी मैनू यह मौका दिता संगत दे नाल अपने विचार सांझे करन दा बहुत शुक्रिया जी तुहाडा वाहिगुरू जी का खालसा वाहिगुरू जी का खालसा वाहिगुरू जी की फतेह न्यूयॉर्क का लोंग आइलैंड खास सरगर्मियों का पिछले समय तो केंद्र बनया हुआ जिथे मैं समझागा कि अज की तरीक दे विच साडियां औरतां भी हर सरगर्मी दे विच किसी नालों घट नहीं और वड्डे पद्धर दे उत्ते योगदान पाउंदियां ने उत्थे लोंग आइलैंड लेडी सर्कल वालों बीते दिनी लॉयन क्लब नूं ज्वाइन किया गया तां जो कि कम्यूनिटी दे विच मिल के होर भी समाज सेवी कारवाइयां जिहड़ियां ने ओह कीतियां जाण और इस मौके दे उत्ते लोंग आइलैंड दे इक रेस्टोरेंट दे विच भरमी एकत्रता हुई आओ वेखते हैं जस कैमरे दे राहीं इस दी एक खास रिपोर्ट जस कैमरे की नज़र दे विच थोड़े सारयां दा स्वागत है अज जस पंजाबी दी टीम पहुंची है जी मिंट रेस्टोरेंट लोंग आइलैंड और इत्थे पहुंचण दा साडा मकसद सीगा लायन क्लब जो कि होन दे विच आया और वो कम की करदा अज उन्नू ज्वाइन करन दे लई उन्नू समझन दे लई कई मन्नियां परमन्नियां हस्तियां लोंग आइलैंड दी इत्थे मौजूद हन हरमन सिंह फ्रॉम द ओमनी मोर्टगेज ओमनी रियलिटी वी हैव पिंकी जग्गी एंड वी हैव ज्योति गुप्ता फ्रॉम द लोंग आइलैंड लेडीज सर्कल ते सब तो पहला शुरुआत असीं हरमन जी होरां तों करना चाहवांगे हरमन जी अजिहे संस्थावां दी अजिहे अदारियां दी क्यों लोड़ पै जांदी है और इह किवें कम करदे आ कम्यूनिटी दी बैटरमेंट लई ਇਹ ਜੀ ਬੜੀ ਅੱਛੀ ਮੂਵਮੈਂਟ ਹੈ ਜੀ ਅੱਜ ਕਿ ਲਾਇਨਸ ਕਲੱਬ ਦੀ ਐਕਸਪੈਂਸ਼ਨ ਹੋ ਰਹੀ ਹੈ ਲੋਂਗ ਆਇਲੈਂਡ 'ਚ ਹੋਰ ਵੀ ਕਲੱਬ ਹੈਗੇ ਨੇ ਔਰ ਇਹ ਕਲੱਬ ਇੰਡੋ ਅਮੈਰੀਕਨ ਬੜੇ ਜ਼ੋਰ ਸ਼ੋਰ ਨਾਲ ਸ਼ੁਰੂ ਹੋਇਆ ਹੈ ਕਾਫੀ ਮੈਂਬਰਾਂ ਨੇ ਜੁਆਇਨ ਕੀਤਾ ਹੈ ਇੱਕ ਰਿਕੁਆਇਰਡ ਹੁੰਦਾ ਹੈ ਕਿ ਤੁਸੀਂ ਕਮਿਊਨਿਟੀ ਸਰਵਿਸ ਕਰੋ ਅਤੇ ਲਾਇਨਸ ਕਲੱਬ ਇੱਕ ਇੰਨਾ ਵੱਡਾ ਪਲੇਟਫਾਰਮ ਹੈਗਾ ਇੰਟਰਨੈਸ਼ਨਲੀ ਅਤੇ ਉਸ ਪਲੇਟਫਾਰਮ ਦੇ ਅਸੀਂ ਹਿੱਸਾ ਬਣ ਰਹੇ ਹਾਂ ਅੱਜ ਇੱਥੇ ਖੜੇ ਹੋ ਕੇ ਸਾਰੇ ਕਿ ਅਸੀਂ ਇਹਨੂੰ ਲੋਂਗ ਰਨ ਦੇ ਵਿੱਚ ਇਹਨੂੰ ਹੋਰ ਐਕਸਪੈਂਡ ਕਰੀਏ ਹੋਰ ਜਿੰਨੀ ਕੁ ਸੇਵਾ ਹੋ ਸਕਦੀ ਹੈ ਲੋਕਾਂ ਦੀ ਕਰ ਸਕੀਏ ਅਤੇ ਗੋਲ ਅਕੰਪਲਿਸ਼ ਕਰੀਏ ਕਿ ਵੀ ਆਪਣੇ ਮਨ ਨੂੰ ਸ਼ਾਂਤੀ ਦੇਈਏ ਕਿ ਵੀ ਅਸੀਂ ਸੇਵਾ ਕੀਤੀ ਹੈ Greetings, everybody. Ladies and gentlemen, I am proud to announce and privileged to conduct the new Charter Club member induction ceremony, in which we will induct 35 new members into District 20K2's newly chartered club, the Long Island Indo-American Lions Club. Got it. At this time, I would like to ask Indu to please help me call the names of each of the new members.
as your name is called, please step up. Clap for her. And we are so proud of them. Thank you very much. Thank you so much. Penny, the owner of Just Punjabi and Just Hindi, my favorite person, I know her a long time. Come forward, Penny. And Teresa Valent, please come and accept the citation from the Kevin Thomas office. Thank you, Teresa, and thank you, Andy Singh. Thank you. Clap for her. And we are so proud of them. Thank you very much. Thank you so much. Okay, so this letter is from United States Senate, from Charles Sumner, who is U.S. Senator. It says, dear friends, please accept my warmest congratulations on your charter night ceremony for the Long Island Indo-American Lions Club. I'm grateful for the opportunity to recognize your dedication to serving our community. The creation of Long Island Indo-American Lions Club deserves recognition because Lions Clubs have committed to taking collective action to improve the communities since 1917. The humanitarian service that Lions Club deliver is welcome and honorable obligation. I'm proud to welcome the Indo-American Lions Club to Long Island and look forward to seeing and experiencing the valuable service you will provide to our community. Will you perform all the duties to the best of your ability? If so, please say I will. Okay, our service chair, Anju, will you work with others to develop, communicate, and implement an annual program of community and humanitarian service approved by your club's board of directors, where you incorporate both the youth and possibly a Leo's club, along with members and non-members in your service projects? Will you perform all the duties to the best of your ability? ਅੱਜ ਮਸਲਾ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਏ ਹਾਂ ਉਹ ਡਾਕਟਰਾਂ ਦਾ ਜਿਹੜਾ ਮਸਲਾ ਭਾਰਤ ਦੇ ਵਿੱਚ ਲੰਬੇ ਸਮੇਂ ਤੋਂ ਅਸੀਂ ਵੇਖਦੇ ਆ ਰਹੇ ਸੀਗੇ ਕੁੱਟਮਾਰ ਜਿਹੜੀ ਆ ਡਾਕਟਰਾਂ ਨਾਲ ਹੁੰਦੀ ਹੈ ਕਈ ਤਸ਼ੱਦਦਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਅਤੇ NRI ਜਿਹੜੇ ਸਾਡੇ ਭਰਾ ਹਨ ਔਰ ਖਾਸ ਤੌਰ ਦੇ ਉੱਤੇ ਜਿਨ੍ਹਾਂ ਨੇ ਆਪਣਾ ਨਾਮ ਮੈਡੀਕਲ ਫੀਲਡ ਦੇ ਵਿੱਚ ਸੱਤ ਸਮੁੰਦਰ ਪਾਰ ਅਪਣਾਇਆ ਉਹਨਾਂ ਵਿੱਚ ਇੱਕ ਨਾਮ ਆਉਂਦਾ ਸੁਨੀਲ ਮਹਿਰਾ ਉਹ ਮੇਰੇ ਨਾਲ ਇਸ ਟਾਈਮ ਮੌਜੂਦ ਨੇ ਉਹ ਇਸ ਮਸਲੇ ਨੂੰ ਲੈ ਕੇ ਕਿਸ ਤਰੀਕੇ ਨਾਲ ਵੇਖਦੇ ਹਨ ਕਿ ਡਾਕਟਰਾਂ ਦੀ ਇੰਡੀਆ ਦੇ ਵਿੱਚ ਸੇਫਟੀ ਕਿੰਨੀ ਜ਼ਰੂਰੀ ਹੈ ਔਰ ਸਭ ਤੋਂ ਵੱਡੀ ਗੱਲ ਕੀ ਉਹਨਾਂ ਦੇ ਨਾਲ ਕਰਨਾ ਚਾਹੀਦਾ ਔਰ ਸਰਕਾਰ ਨੂੰ ਕਿਹੜੀ ਗੱਲਾਂ ਦੇ ਉੱਤੇ ਵਚਨਬੰਧ ਹੋਣਾ ਚਾਹੀਦਾ ਤਾਂ ਕਿ ਉੱਥੇ ਉਹਨਾਂ ਦੀ ਸੇਫਟੀ ਜਿਹੜੀ ਹੈ ਉਹਨੂੰ ਧਿਆਨ ਦਿੱਤਾ ਜਾ ਸਕੇ ਅਤੇ ਸੁਨੀਲ ਮਹਿਰਾ ਜੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਥੈਂਕ ਯੂ ਕਹਿਣਾ ਚਾਹਾਂਗਾ ਥੈਂਕ ਯੂ ਵੈਰੀ ਮੱਚ ਫੋਰ ਬੀਂਗ ਪਾਰਟ ਆਫ ਆਰ ਅੱਜ ਦਾ ਮੁੱਦਾ ਡਾਕਟਰ ਸਾਹਿਬ ਕਿੰਨਾ ਜ਼ਰੂਰੀ ਹੈਗਾ ਕਿ ਤੁਸੀਂ ਵੇਖਦੇ ਹੋ ਕਿ ਲੰਬੀ ਖਬਰਾਂ ਇੰਡੀਆ ਤੋਂ ਸਾਹਮਣੇ ਆਉਂਦੀਆਂ ਹਨ ਸਤਿ ਸ਼੍ਰੀ ਅਕਾਲ ਸਰ ਜਸ ਪੰਜਾਬੀ ਦੇ ਵਿਊਅਰਸ ਨੂੰ ਮੈਂ ਆਈ ਐਮ ਅ ਗ੍ਰੈਜੂਏਟ ਆਫ ਅੰਮ੍ਰਿਤਸਰ ਮੈਡੀਕਲ ਕਾਲਜ ਮੈਂ ਗੱਲ ਜ਼ਰੂਰ ਸਮਝਦਾ ਕਿ ਅਸੀਂ ਡਾਕਟਰ 99% ਬੜੇ ਡੈਡੀਕੇਟਿਡ ਹਾਂ ਅਸੀਂ ਆਪਣਾ ਪੂਰਾ ਜ਼ੋਰ ਲਗਾਉਂਦੇ ਹਾਂ ਕੋਸ਼ਿਸ਼ ਕਰਦੇ ਹਾਂ ਹਾਂ ਦੇਰ ਆਰ ਸਮਾਲ ਛੋਟਾ ਛੋਟਾ ਗਰੁੱਪ ਹੈਗਾ ਜਿਨ੍ਹਾਂ ਨੇ ਬ੍ਰਿੰਗ ਏ ਬੈਡ ਨੇਮ ਟੂ ਦਾ ਬਟ ਓਵਰਆਲ 99% ਜਿਹੜੇ ਡਾਕਟਰ ਨੇ ਦੇ ਡੂ ਇਟ ਵਿਦ ਡਿਵੋਸ਼ਨ ਪਰ ਸੈਡ ਪਾਰਟ ਮੈਂ ਜਿਹੜਾ ਪੜ੍ਹਦਾ ਆ ਰਿਹਾ ਡਿਫਰੈਂਟ ਨਿਊਜ਼ ਰੀਸੈਂਟਲੀ ਫੇਅਰ ਹੋਇਆ ਕਿ ਯੂ ਕੈਨੋਟ ਸੇਵ ਐਨੀਬਾਡੀ ਯੂ ਕੈਨੋਟ ਸੇਵ ਐਵਰੀਬਾਡੀ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਬਾਕੀ ਤਾਂ ਸਭ ਰੱਬ ਦੇ ਹੱਕ ਹੈ ਜਦੋਂ ਬੰਦਾ ਠੀਕ ਹੁੰਦਾ ਉਹ ਵੀ ਰੱਬ ਦੇ ਹੱਕ ਹੈ ਬਟ ਐਜ਼ ਏ ਡਾਕਟਰ ਸਾਡਾ ਤਾਂ ਇਹੋ ਹੀ ਹੈ ਅਸੂਲ ਕਿ ਅਸੀਂ ਜਿੰਨੀ ਸੇਵਾ ਕਰ ਸਕੀਏ ਜਿਹਨੂੰ ਬਚਾ ਸਕੀਏ ਬਚਾ ਸਕਦੇ ਹਾਂ ਕੁਝ ਗਰੀਡੀ ਹੋਣਾ ਇਜ਼ ਨੋਟ ਗੁੱਡ ਪਰ ਆਈ ਥਿੰਕ ਜਿਹੜੇ ਸਾਡੇ ਡਾਕਟਰ ਡਿਵੋਟਿਡ ਨੇ ਵਿਚਾਰੇ ਇੰਟਰਨ ਰੈਜੀਡੈਂਟ ਪਿਛਲੇ ਦਿਨਾਂ 'ਚ ਦੇ ਹੈਵ ਬਿਨ ਕਿਲਡ ਬੀਟਨ ਅਪ ਇਨ ਤਾਮਿਲਨਾਡੂ ਉਹਦੇ ਪਰ ਇਹ ਗੱਲ ਨਹੀਂ ਹੋਣੀ ਚਾਹੀਦੀ ਆਈ ਥਿੰਕ ਗਵਰਨਮੈਂਟ ਹੈਜ਼ ਟੂ ਸਪਲਾਈ ਅ ਗੁੱਡ ਸਪੋਰਟ ਡਾਕਟਰਾਂ ਦੀ ਪ੍ਰੋਟੈਕਸ਼ਨ ਵਾਸਤੇ ਯੂ ਨੋ ਦੇਰ ਗੁੰਡਾਗਰਦੀ ਬਹੁਤ ਵੱਧਦੀ ਜਾ ਰਹੀ ਹੈ ਬਟ ਦਿਸ ਇਜ਼ ਫਰੋਮ ਐਨ ਆਈ ਥਿੰਕ ਐਜੂਕੇਸ਼ਨ ਇਜ਼ ਵੈਰੀ ਇੰਪੋਰਟੈਂਟ ਆਪਾਂ ਲੋਕਾਂ ਨੂੰ ਇੱਕ ਐਜੂਕੇਟ ਕਰੀਏ ਕਿ ਡਾਕਟਰ ਕੋਸ਼ਿਸ਼ ਕਰ ਸਕਦਾ ਹੈ ਉਹ ਕੁਛ ਸਾਨੂੰ ਡਾਕਟਰਾਂ ਨੂੰ ਵੀ ਇਹ ਕਰਨਾ ਪਏਗਾ ਕੁਛ ਪਬਲਿਕ ਨੂੰ ਕਰਨਾ ਪਏਗਾ ਕਿ ਦੇ ਹੈਵ ਟੂ ਬੀ ਇਨ ਅ ਰਿਸੈਪਟਿਵ ਮੂਡ ਕਿ ਆਪਾਂ ਹਰ ਬੰਦੇ ਨਾਲ ਨਹੀਂ ਕਰ ਸਕਦਾ ਬਚਾ ਸਕਦੇ ਦੇਰ ਆਰ ਸਰਟਨ ਡਿਜ਼ੀਜ਼ ਇਜ਼ ਏਜ ਇੱਕ ਤਾਂ ਗੱਲ ਗਰੰਟੀਡ ਆ ਸਾਡੇ ਕਲਚਰ ਵਿੱਚ ਕਿ ਜਿਹਨੇ ਪੈਦਾ ਹੋਣਾ ਉਹਨੇ ਮਰਨਾ ਵੀ ਹੈ ਪਰ ਆਪਾਂ ਅਨਨੈਸੈਸਰੀ ਨਹੀਂ ਮਾਰਦੇ ਕਿਸੇ ਨੂੰ ਆਈ ਥਿੰਕ ਡਾਕਟਰ ਪ੍ਰੋਫੈਸ਼ਨ ਹੈ ਜੇ ਬੰਦਾ ਮਾਰਦਾ ਉਹ ਡਾਕਟਰ ਹੈ ਹੀ ਨਹੀਂ ਸੋ ਆਈ ਸਟਰੋਂਗਲੀ ਅਰਜ ਜਿਹੜੇ ਵਿਊਅਰਸ ਜਸ ਪੰਜਾਬੀ 'ਤੇ ਦੇਖ ਰਹੇ ਨੇ ਉਹ ਆਪਣੇ ਨੇਬਰਸ ਨੂੰ ਆਪਣੀ ਫੈਮਿਲੀ ਨੂੰ ਆਪਣੇ ਜਿਹੜੇ ਮੈਂਪੀ ਨੇ ਅਸੈਂਬਲੀ ਮੈਂਬਰ ਉਹਨਾਂ ਨੂੰ ਇੱਕ ਰਿਕੁਐਸਟ ਕਰਨ ਕਿ ਤੁਸੀਂ ਇੱਕ
ਸਪੋਰਟ ਸਿਸਟਮ ਬਣਾਓ ਜਿੱਥੇ ਡਾਕਟਰ ਕੋਸ਼ਿਸ਼ ਕਰ ਸਕਦਾ ਹੈ, ਜੇ ਕੋਈ ਗਲਤੀ ਹੁੰਦੀ ਵੀ ਹੈ ਤਾਂ ਉਹਨੂੰ ਬੜੇ ਸੁਲਝੇ ਤਰੀਕੇ ਨਾਲ ਬੈਠ ਕੇ ਸਮਝਾ। ਯੂ ਐਂਡ ਯੂਰ ਐਂਟਾਇਰ ਬੋਰਡ ਫੋਰ ਓਪਨਿੰਗ ਅਪ ਦ ਇੰਡੀਅਨ ਅਮੈਰੀਕਨ ਲਾਇਨਸ ਕਲੱਬ ਇਨ ਲੋਂਗ ਆਈਲੈਂਡ ਐਂਡ ਦ ਕੁਈਨਸ, ਬਟ ਟੂਡੇ ਔਨ ਬਿਹਾਫ ਆਫ ਦ ਕਮਿਊਨਿਟੀ ਜਸ ਆਈ ਵਾਂਟ ਟੂ include one agenda that make sure that our community through the Lions Club that we very active in our civic duty to have the voter registration in our community. So I think if you can include in your agenda to encourage our community to register to vote in time. Thank you. Will the following Lion dignitaries please either stand or raise their hand to be recognized as I read their name. Past International President Al Brandel and his lovely wife, Lion Dr. Maureen Murphy. From our district, District 20K2, our District Governor, Teresa Whalen. Joining us from New Jersey, from District 16J, District Governor Armando Guir. Past Council Chair and multiple District 20 Global Service Chair, Andy Amrico, and his wife, Cabinet Secretary, 2nd Vice District Governor. District 20K2, 1st Vice District Governor and District Governor-elect, Jose Pastrana. District 16J, in New Jersey, 1st Vice District Governor and District Governor-elect, Linda Banks. Mm-hmm. Past District Governor from 20K2 and Area Leader, Global Leadership Team 1A, TJ Anand. Past District Governor Tom DiOrio and his wife, past District Governor Peg DiOrio. Okay, stick with me on this one. Past District Governor from 16J, Nancy Jakubczyk. District Global Leadership Chair, Helen Farley. ਅੱਜ ਜੋਤੀ ਗੁਪਤਾ ਹੋਰਾਂ ਨੇ ਵੀ ਇਸ ਕਲੱਬ ਨੂੰ ਜੁਆਇਨ ਕੀਤਾ। ਸੋ ਜੋਤੀ, ਵਟ ਯੂ ਥਿੰਕ ਔਨ ਦਿਸ? ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਲਾਇਨਸ ਕਲੱਬ ਸ਼ੁਰੂ ਕਰ ਲਿੱਤਾ ਹੈ, ਮੈਂ ਚਾਰਟਰ ਮੈਂਬਰ ਬਣ ਗਈ ਹਾਂ। ਅਤੇ ਲਾਇਨਸ ਕਲੱਬ ਦਾ ਬੜਾ ਨਾਂ ਸੁਣਿਆ ਸੀਗਾ ਬਹੁਤ ਜਦੋਂ ਬਚਪਨ ਸੀ, ਕਿ ਲਾਇਨਸ ਕਲੱਬ ਬਹੁਤ ਅੱਛੇ ਅੱਛੇ ਕੰਮ ਕਰਦਾ ਹੈ, ਗਰੀਬਾਂ ਦੀ ਸੇਵਾ ਕਰਦਾ ਹੈ, ਜਿਨ੍ਹਾਂ ਨੂੰ ਵੀ ਹੈਲਪ ਦੀ ਜ਼ਰੂਰਤ ਹੁੰਦੀ ਹੈ। ਸੋ ਆਈ ਫੀਲ ਵੈਰੀ ਪ੍ਰਾਊਡ। ਔਰ ਇੰਦੂ ਗਜਵਾਨੀ ਜੀ ਜੋ ਮੇਰੀ ਫਰੈਂਡ ਹੈਗੀ, ਉਹਨਾਂ ਨੇ ਕਿਹਾ ਤੁਸੀਂ ਜ਼ਰੂਰ ਜੁਆਇਨ ਕਰੋ। ਸੋ ਉਹਨਾਂ ਦੇ ਕਹਿਣ 'ਤੇ ਮੈਂ ਜੁਆਇਨ ਕੀਤਾ ਐਂਡ ਆਈ ਐਮ ਵੈਰੀ ਹੈਪੀ ਕਿ ਮੈਂ ਜੁਆਇਨ ਕਰ ਲਿੱਤਾ। ਪਿੰਕੀ ਜੀ, ਲੌਂਗ ਆਈਲੈਂਡ ਲੇਡੀਜ਼ ਸਰਕਲ ਵੀ ਇੱਕ ਜਿਹੜੀ ਤੁਹਾਡਾ ਦਾਇਰਾ ਹੋਣ ਦੇ ਵਿੱਚ ਆਇਆ, ਉਹ ਕਿਸ ਤਰੀਕੇ ਦੀ ਕੰਮ ਕਰ ਰਹੇ ਔਰ ਅੱਜ ਇਹ ਇੱਕ ਕਲੱਬ ਜਿਹੜਾ ਖੁੱਲ੍ਹਣ ਜਾ ਰਿਹਾ, ਕਿਸ ਤਰੀਕੇ ਦੇ ਕੰਮ ਲੌਂਗ ਆਈਲੈਂਡ ਦੇ ਵਿੱਚ ਜ਼ਰੂਰਤ ਸੀਗੀ ਔਰ ਤੁਹਾਡੇ ਵਰਗੀ ਸੰਸਥਾਵਾਂ ਉਹਨੂੰ ਹੋਣ ਦੇ ਵਿੱਚ ਲੈ ਕੇ ਆਈਆਂ? ਹਾਂਜੀ, ਥੈਂਕ ਯੂ ਜਸ ਪੰਜਾਬੀ ਜੀ। ਮੈਂ ਇਹ ਚਾਹਤੀ ਹੂੰ, ਹਮਾਰੀ ਤੋਂ ਆਪਣੀ ਔਰਗਨਾਈਜੇਸ਼ਨ ਚੱਲ ਹੀ ਰਹੀ ਹੈ। ਅਬ ਆਜ ਹਮ ਲੋਗ ਇੰਦੂ ਜੀ ਕੇ ਔਰ ਟੀਜੇ ਜੀ ਕੇ ਇਨਵੀਟੇਸ਼ਨ ਪੇ ਆਏ ਹਾਂ। ਇਹ ਵੀ ਇੱਕ ਬਹੁਤ ਅੱਛਾ ਅਲਾਇੰਸ ਕਲੱਬ ਜੋ ਬਣਾਇਆ ਹੈ ਔਰ ਇਸਕੋ ਜੈਸੇ ਹਰਮਨ ਜੀ ਕਹਿ ਰਹੇ ਹੈ ਐਕਸਟੈਂਡ ਕਰਨਾ ਲੌਂਗ ਆਈਲੈਂਡ ਕੇ ਅੰਦਰ ਵੀ, ਤੋ ਹਮਾਰੀ ਵੀ ਆਪਣੀ ਔਰਗਨਾਈਜੇਸ਼ਨ ਇਨਕੇ ਸਾਥ ਜੁੜੇਗੀ ਔਰ ਹਮ ਜਿਤਨਾ ਹੋ ਸਕੇਗਾ ਸਪੋਰਟ ਕਰੇਂਗੇ। ਆਜ ਇੰਦੂ ਜੀ ਕੋ ਕੰਗਰੈਚੁਲੇਸ਼ਨ ਦੇਤੀ ਹੂੰ ਕਿ ਉਹਨੇ ਆਜ ਯਹਾਂ ਕਾ ਸੰਭਾਲਾ ਹੈ, ਤੋ ਹਮਾਰੀ ਪੂਰੀ ਸਪੋਰਟ ਉਨਕੇ ਸਾਥ ਹੈ। ਥੈਂਕ ਯੂ। ਐਂ ਤਾਂ ਸੀਗਾ ਨਿਊਯਾਰਕ ਦੇ ਵਿੱਚ, ਤਾਂ ਲੱਗਦਾ ਹੈ ਕਿ ਹੁਣ ਵੱਖ ਵੱਖ ਸੂਬਿਆਂ ਦੇ ਵਿੱਚ ਵੀ ਜਿਹੜੇ ਕਈ ਅਦਾਇਰੇ ਹਨ ਜੋ ਕਿ ਕਮਿਊਨਿਟੀ ਨੂੰ ਨਾਲ ਇਕੱਠੇ ਚਲਾਉਣ ਦੀ ਕਵਾਇਦ ਸ਼ੁਰੂ ਕਰ ਰਹੇ ਹਨ, ਅਤੇ ਲਾਇਨ ਕਲੱਬ ਉਹਨਾਂ ਦੇ ਵਿੱਚ ਇੱਕ ਨਾਂ ਜਿਹੜਾ ਉਹ ਲਿਸਟ ਦੇ ਵਿੱਚ ਸਭ ਤੋਂ ਅੱਗੇ ਆਉਂਦਾ। ਔਰ ਇਹਨਾਂ ਦਾ ਟੀਚਾ ਹੈ ਕਿ ਅਸੀਂ ਕਮਿਊਨਿਟੀ ਦੀ ਸੇਵਾ ਕਰ ਸਕੀਏ। ਨੈਟਵਰਕਿੰਗ ਹੁੰਦੀ ਹੈ ਇਸ ਕਲੱਬ ਨੂੰ, ਜੇਕਰ ਕੋਈ ਜੁਆਇਨ ਕਰਦਾ ਤੁਸੀਂ ਆਪਣੇ ਬਿਜ਼ਨਸ ਟਾਕਸ ਕਰ ਸਕਦੇ ਹੋ, ਤੁਸੀਂ ਆਪਣਾ ਆਪਸੀ ਭਾਈਚਾਰਾ ਜਿਹੜਾ ਉਹ ਕਾਇਮ ਰੱਖ ਸਕਦੇ ਹੋ, ਅਤੇ ਹੋਰ ਵੀ ਵੱਖ ਵੱਖ ਜਿਹੜੇ ਕੰਮ ਹਨ ਉਹ ਲਾਇਨਸ ਕਲੱਬ ਵੱਲੋਂ ਕੀਤੇ ਜਾਂਦੇ ਹਨ। ਵਿਦ ਡਾਇਰੈਕਟਰ ਬ੍ਰੌਡਕਾਸਟਿੰਗ ਦੀਪਕ ਧੀਮਾਨ, ਹਰਕੀਰਤ ਸਿੰਘ ਆਲੂਵਾਲੀਆ, ਜਸ ਪੰਜਾਬੀ ਲਈ। ਸਰਗਰਮੀਆਂ ਤਾਂ ਹੋਰ ਵੀ ਥਾਵਾਂ ਦੇ ਉੱਤੇ ਬਹੁਤ ਹੁੰਦੀਆਂ ਨੇ, ਪਰ ਕੈਲੀਫੋਰਨੀਆ ਪੰਜਾਬੀਆਂ ਦੀ ਭਰਮੀ ਵਸੋਂ ਵਾਲਾ ਇਲਾਕਾ ਮੰਨਿਆ ਜਾਂਦਾ ਔਰ ਇੱਥੋਂ ਤੱਕ ਕਿ ਕੈਲੀਫੋਰਨੀਆ ਨੂੰ ਪੰਜਾਬ ਹੀ ਕਿਹਾ ਜਾਂਦਾ। ਇਸੇ ਕਰਕੇ ਪੰਜਾਬੀਆਂ ਦੀ ਖਾਸ ਜ਼ਰੂਰਤ ਨੂੰ
देखते हुए असी कैलिफोर्निया दे विच भी अपना स्टूडियो जिहड़ा ओ ओपन किया। इस मौके दे उत्ते अपने कैमरे दे विच वक्ख वक्ख थावां दे उत्ते कीतियां जांदियां गतिविधियां जिहड़ियां ने उन्हां नूं कैमरे दे विच कैद किया। साडे प्रतिनिधि जगतार जग्गी होरां ने आओ वेखते हां कैलिफोर्निया दीआं खास सरगर्मियां दी इक झलक जस कैमरे दी नज़र विच। ਪੰਜਾਬ ਨੂੰ ਮੇਲਿਆਂ ਦੇ ਤਿਉਹਾਰਾਂ ਦੇਸ਼ ਕਿਹਾ ਜਾਂਦਾ, ਪਰ ਅਗਰ ਅਸੀਂ ਗੱਲ ਕਰੀਏ ਅਮਰੀਕਾ ਕੈਨੇਡਾ ਦੀ, ਮੈਂ ਸਮਝਦਾ ਇੱਧਰਲੇ ਮੁਲਕਾਂ ਦੇ ਵਿੱਚ ਅੱਜ ਕੱਲ੍ਹ ਲੋਕ ਜ਼ਿਆਦਾ ਮੇਲੇ ਅਤੇ ਤਿਉਹਾਰ ਮਨਾਉਂਦੇ ਨੇ। ਇਸੇ ਕੜੀ ਵਿੱਚ ਦ ਸਿੱਖ ਪੰਜਾਬੀ ਯੂਥ ਆਫ ਰੋਜ਼ਵੈਲ ਕੈਲੀਫੋਰਨੀਆ ਦੇ ਵਿੱਚ ਇਸ ਸੰਸਥਾ ਵੱਲੋਂ ਇੱਕ 7ਵਾਂ ਵਿਸਾਖੀ ਮੇਲਾ ਕਰਵਾਇਆ ਗਿਆ ਵੁੱਡ ਕ੍ਰੀਕ ਹਾਈ ਸਕੂਲ ਰੋਜ਼ਵੈਲ ਵਿੱਚ। ਅਤੇ ਇਸ ਮੇਲੇ ਦੇ ਵਿੱਚ ਬਹੁਤ ਸਾਰੇ ਕਲਾਕਾਰਾਂ ਨੇ, ਨਾਮੀ ਕਲਾਕਾਰਾਂ ਨੇ ਵੀ ਅਤੇ ਲੋਕਲ ਕਲਾਕਾਰਾਂ ਨੇ ਵੀ ਭਾਗ ਲਿਆ। ਸੋ ਦੇਖਦੇ ਹਾਂ ਇਸ ਮੇਲੇ ਦੇ ਕੁਛ ਰੰਗ। ਸਤਿ ਸ਼੍ਰੀ ਅਕਾਲ ਜੀ, ਮੈਂ ਗੋਗੀ ਸੰਧੂ। ਅੱਜ ਰੋਜ਼ਵੈਲ ਦੇ ਵਿੱਚ ਰੌਣਕਾਂ ਲੱਗੀਆਂ ਨੇ, ਦ ਸਿੱਖ ਪੰਜਾਬੀ ਯੂਥ ਕਲੱਬ ਆਫ ਰੋਜ਼ਵੈਲ। ਅੱਜ ਬਹੁਤ ਹੀ ਪਿਆਰਾ ਪ੍ਰੋਗਰਾਮ ਇਹਨਾਂ ਨੇ ਕਰਾਇਆ ਹੈ, ਵਿਸਾਖੀ ਕਲਚਰਲ ਪ੍ਰੋਗਰਾਮ, ਇਹ 7ਵਾਂ ਪ੍ਰੋਗਰਾਮ ਹੈ ਇਹਨਾਂ ਦਾ। ਅਤੇ ਪਹਿਲਾਂ ਦੀ ਤਰ੍ਹਾਂ ਇਹ ਵੀ ਪ੍ਰੋਗਰਾਮ ਪੂਰੀ ਸਕਸੈਸਫੁੱਲ ਗਿਆ ਹੈ, ਅਤੇ ਅਸੀਂ ਜਿੰਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਅੱਜ ਦਰਸ਼ਕ ਪਹੁੰਚੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਔਰ ਇਸ ਵਕਤ ਜਿਹੜੇ ਟੀ ਵੀ ਨੂੰ ਵਾਚ ਰਹੇ ਨੇ ਦਰਸ਼ਕ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਮੈਂ ਹਰਦੀਪ ਗਿੱਲ ਫਰੋਮ ਦ ਸਿੱਖ ਪੰਜਾਬੀ ਯੂਥ ਕਲੱਬ ਆਫ ਰੋਜ਼ਵੈਲ। ਸਾਰੀ ਮੈਨੇਜਮੈਂਟ ਅਤੇ ਮੈਂਬਰਾਂ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਅੱਜ ਸਾਡੇ 7ਵੇਂ ਵਿਸਾਖੀ ਦੇ ਪ੍ਰੋਗਰਾਮ 'ਤੇ ਪਹੁੰਚਣ ਦੇ ਲਈ, ਅਤੇ ਸਾਡੇ ਪ੍ਰੋਗਰਾਮ ਨੂੰ ਚਾਰ ਚੰਦ ਲਾਉਣ ਦੇ ਲਈ, ਅਤੇ ਸਪੈਸ਼ਲ ਥੈਂਕਸ ਉਹਨਾਂ ਮਾਂ ਪਿਓ ਦਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਪਰਫੋਰਮੈਂਸਿਸ ਲਈ ਤਿਆਰ ਕੀਤਾ, ਅਤੇ ਆਲ ਦਾ ਸਪੋਂਸਰਸ ਜਿਨ੍ਹਾਂ ਨੇ ਸਪੋਂਸਰ ਕਰਕੇ ਇਸ ਮੇਲੇ ਨੂੰ ਕਾਮਯਾਬ ਬਣਾਇਆ, ਅਤੇ ਸਾਰੇ ਪਤਵੰਤੇ ਸੱਜਣਾਂ ਦਾ ਜਿਨ੍ਹਾਂ ਨੇ ਪਹੁੰਚ ਕੇ ਸਾਡੇ ਮੇਲੇ ਨੂੰ ਕਾਮਯਾਬ ਬਣਾਉਣ 'ਚ ਸਾਡੀ ਪੂਰੀ ਮਦਦ ਕੀਤੀ, ਸਾਰਿਆਂ ਦਾ ਮੈਨੇਜਮੈਂਟ ਵੱਲੋਂ ਧੰਨਵਾਦ। ਦੋਸਤੋ, ਜਸ ਕੈਮਰੇ ਦੀ ਨਜ਼ਰ ਪ੍ਰੋਗਰਾਮ ਤੁਹਾਡਾ ਆਪਣਾ ਪ੍ਰੋਗਰਾਮ ਹੈ। ਅਸੀਂ ਦਿਲੋਂ ਚਾਹੁੰਦੇ ਹਾਂ ਕਿ ਤੁਸੀਂ ਕਿਸੇ ਤਰ੍ਹਾਂ ਦੀਆਂ ਵੀ ਸਰਗਰਮੀਆਂ ਕਰੋ ਔਰ ਸਾਨੂੰ ਆਵਾਜ਼ ਮਾਰੋ, ਔਰ ਅਸੀਂ ਤੁਹਾਡੀਆਂ ਉਹਨਾਂ ਸਰਗਰਮੀਆਂ ਨੂੰ ਆਪਣੇ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਲੋਕਾਂ ਦੇ ਰੂਬਰੂ ਕਰਕੇ ਖੁਸ਼ੀ ਮਹਿਸੂਸ ਕਰਾਂਗੇ। ਹਮੇਸ਼ਾ ਆਪਣੇ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਵਾਸਤੇ ਯਾਦ ਰੱਖੋ riyad@jasbroadcasting.com ਔਰ info@jasbroadcasting.com। ਅਗਲੇ ਹਫ਼ਤੇ ਨਵਾਂ ਗੁਲਦਸਤਾ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ, ਰੱਬ ਰਾਖਾ। ਤੁਹਾਡਾ ਆਪਣਾ ਨਾਚੀਜ਼ ਹਰਵਿੰਦਰ ਰਿਆੜ।